ਅੱਜ ਆਪਾਂ ਕਰਾਂਗੇ ਅਨਬੋਕਸਿੰਗ ਐਮਾਜ਼ੋਨ ਫਾਇਰ ਸਟਿਕ ਦੀ, ਜਿਹੜੀ ਮੈਂ ਬਾਈ ਕੀਤੀ amazon.com ਤੋਂ ਐਟ ₹2799। ਹੁਣ ਆਪਾਂ ਅਨਪੈਕ ਕਰਦੇ ਹਾਂ ਇਹ ਬਾਕਸ ਨੂੰ ਅਤੇ ਚੈੱਕ ਕਰਦੇ ਹਾਂ ਕਿ ਆਪਾਂ ਨੂੰ ਇਹਦੇ ਵਿੱਚ ਕੀ ਚੀਜ਼ਾਂ ਇੰਕਲੂਡਡ ਨੇ। ਬਾਕਸ ਦੇ ਵਿੱਚ ਆਪਾਂ ਨੂੰ 2 ਯੂਜ਼ਰ ਮੈਨੂਅਲ, ਅਡਾਪਟਰ, ਰਿਮੋਟ, 2 ਸੈੱਲ ਕੇਬਲ ਅਤੇ 1 ਕਨੈਕਟਰ ਮਿਲੂਗਾ ਅਤੇ ਆਫਕੋਰਸ ਫਾਇਰ ਸਟਿਕ ਵੀ। ਅਤੇ ਆਪਾਂ ਹੁਣ ਇਹਦੀ ਕਨੈਕਟੀਵਿਟੀ ਕਰਦੇ ਹਾਂ। ਇਹ ਆ ਜੀ ਉਹ ਟੀ ਵੀ ਜਿਹੜਾ ਸਮਾਰਟ ਨਹੀਂ ਆ, ਅਤੇ ਆਪਾਂ ਹੁਣ ਐਮਾਜ਼ੋਨ ਫਾਇਰ ਸਟਿਕ ਦੀ ਹੈਲਪ ਨਾਲ ਇਹਨੂੰ ਆਪਾਂ ਸਮਾਰਟ ਬਣਾਵਾਂਗੇ। ਸੈਟਅਪ ਸਟਾਰਟ ਹੋ ਗਿਆ ਆ, ਅਤੇ ਹੁਣ ਆਪਾਂ ਕਰਾਂਗੇ ਕੁਛ ਸਟਾਰਟਿੰਗ ਦੇ ਪ੍ਰੋਸੀਜਰ ਫੋਲੋ ਜੋ ਐਮਾਜ਼ੋਨ ਵੱਲੋਂ ਦਿੱਤੇ ਗਏ ਨੇ, ਐਮਾਜ਼ੋਨ ਫਾਇਰ ਸਟਿਕ ਵੱਲੋਂ, ਜੋ ਕਿ ਫੋਲੋ ਕਰਨੇ ਪੈਣੇ ਆਪਾਂ। ਸੈਟਅਪ ਹੋਣ ਤੋਂ ਬਾਅਦ ਕੁਛ ਰੈਕਮੈਂਡਡ ਐਪਸ ਆਪਣੇ ਸਾਹਮਣੇ ਆਉਂਦੀਆਂ ਨੇ ਜਿਹਨੂੰ ਆਪਾਂ ਇੰਸਟਾਲ ਕਰ ਸਕਦੇ ਹਾਂ ਜਾਂ ਨਹੀਂ ਵੀ ਕਰ ਸਕਦੇ। ਜਿਹੜੀ ਜਿਹੜੀ ਐਪ ਤੁਹਾਨੂੰ ਪਸੰਦ ਹੈਗੀਆਂ ਉਹ ਤੁਸੀਂ ਆਪਣੇ ਹਿਸਾਬ ਨਾਲ ਸਿਲੈਕਟ ਕਰ ਸਕਦੇ ਹੋ ਅਤੇ ਇੰਸਟਾਲ ਕਰ ਸਕਦੇ ਹੋ। ਕੁਛ ਇੱਦਾਂ ਦਾ ਇੰਟਰਫੇਸ ਯੂਟਿਊਬ ਐਪ ਦਾ ਆਊਗਾ। ਜੇ ਗੱਲ ਕਰੀਏ ਐਮਾਜ਼ੋਨ ਫਾਇਰ ਸਟਿਕ ਦੇ ਇੰਟਰਫੇਸ ਦੀ, ਕਾਫੀ ਸਮੂਥ ਆ ਇਹਦਾ ਇੰਟਰਫੇਸ, ਮੈਨੂੰ ਚਲਾਉਣ 'ਚ ਕਾਫੀ ਵਧੀਆ ਲੱਗਿਆ। ਐਪ ਈਜ਼ੀਲੀ ਐਕਸੈਸੀਬਲ ਨੇ, ਈਜ਼ੀ ਟੂ ਮੈਨੇਜ ਨੇ। ਕਾਫੀ ਐਪਸ ਐਮਾਜ਼ੋਨ ਫਾਇਰ ਸਟਿਕ 'ਤੇ ਅਵੇਲੇਬਲ ਨੇ, ਆਪਣੀ ਨੀਡ ਦੇ ਅਕੋਰਡਿੰਗ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ। ਅਲੈਕਸਾ ਪਲੇ ਮਿਰਜ਼ਾਪੁਰ। ਅਲੈਕਸਾ ਪਲੇ ਮਿਰਜ਼ਾਪੁਰ। Here's a playlist you might like. Best of Kulwinder Dilla on Amazon Music. Alexa, open YouTube. Here's YouTube.